ਮੇਰਾ ਲੜਕਾ ਕੇਸ਼ਵ ਕੁਮਾਰ ਹੈ। 3 ਮਾਰਚ ਕੀ ਸ਼ਾਮੀ 6:30 ਵਜੇ ਦਾ ਐਕਸੀਡੈਂਟ ਹੋ ਜਾਂਦਾ ਔਰ ਐਕਸੀਡੈਂਟ ਹੋਣ ਦੇ ਬਾਅਦ ਅਸ ਆਪਣੇ ਡਿਸਟ੍ਰਿਕਟ ਹਸਪੀਟਲ ਕਠੂਆ ਲਈ ਗਏ। ਉਹਨੇ ਜਵਾਬ ਦਿੱਤਾ, ਉਹਨੇ ਬੋਲਿਆ ਕਿ ਇਸੀ ਜਾਂ ਜੰਮੂ ਲੈ ਜਾਓ ਜਾਂ ਪਠਾਨਕੋਟ ਅਮਨਦੀਪ ਹਸਪੀਟਲ ਲੈ ਜਾਓ। ਅਤੇ ਅਸੀਂ ਕੀ ਕੀਤਾ ਕਿ ਅਸੀਂ ਅਮਨਦੀਪ ਹਸਪੀਟਲ ਅਤੇ ਰਾਤੀ ਇੱਥੇ ਵੀ ਪਹੁੰਚਾਇਆ ਸੀ ਔਰ ਇੱਥੇ ਇਹਦਾ ਟ੍ਰੀਟਮੈਂਟ ਹੋਇਆ। ਡਾਕਟਰ ਉਦੈ ਰਸਵਾਨ ਜੀ ਬੜੇ ਅੱਛੇ ਡਾਕਟਰ ਸਾਹਿਬ ਨੇ, ਉਹਨੇ ਇਹਦਾ ਇਲਾਜ ਕੀਤਾ, ਆਪਰੇਸ਼ਨ ਕੀਤਾ ਹੈ ਔਰ 7-8 ਦਿਨ ਇਹ ਵੈਂਟੀਲੇਟਰ ਪਰ ਰਿਹਾ। ਉਹਦੇ ਬਾਅਦ ਇਹਦੀ ਸਾਨੂੰ ਕਮਰੇ ਦੇ ਵਿੱਚ ਸ਼ਿਫਟ ਕੀਤਾ ਔਰ ਕਮਰੇ ਦੇ ਇੱਥੋਂ ਦਾ ਜਿਹੜਾ ਅਮਨਦੀਪ ਹਸਪੀਟਲ ਦਾ ਸਟਾਫ ਹੈ ਬਹੁਤ ਹੀ ਅੱਛਾ ਸਟਾਫ ਹੈ। ਡਾਕਟਰ ਸਾਹਿਬ ਬੜੇ ਅੱਛੇ ਨੇ, ਡਾਕਟਰ ਸਾਹਿਬ ਦੀ ਡੀਲਿੰਗ ਅੱਛੀ ਹੈ, ਬਹੁਤ ਅੱਛਾ ਇਹਨੇ ਕਿ ਦੇਖਭਾਲ ਕੀਤੀ, ਸਭ ਕੁਛ ਠੀਕ ਕੀਤਾ। ਅਤੇ ਉਹਦੇ ਬਾਅਦ ਫਿਰ ਜਿਸ ਤਰ੍ਹਾਂ ਸਾਨੂੰ ਇੱਥੋਂ ਡਿਸਚਾਰਜ ਕੀਤਾ ਕੁਛ ਦਿਨ 2 ਮਹੀਨੇ ਵਾਸਤੇ, ਡਾਕਟਰ ਸਾਹਿਬ ਨੇ ਬੋਲਿਆ ਕਿ 2 ਮਹੀਨੇ ਤੁਸੀਂ ਇਹਦੇ ਪੱਟੀ ਕਰਨੀ, ਲਗਾਤਾਰ ਪੱਟੀ ਕੀਤੀ ਅਸੀਂ। ਉਹਦੇ ਬਾਅਦ ਡਾਕਟਰ ਸਾਹਿਬ ਨੇ ਬੋਲਿਆ ਕਿ 2 ਮਹੀਨੇ ਬਾਅਦ ਦੁਬਾਰਾ ਆਇਆ, ਫਿਰ ਸਰਜਰੀ ਹੋਣੀ ਹੈ ਔਰ ਅਸ ਮੇਰੀ 4 ਤਰੀਕ ਫਿਰ ਇੱਥੇ ਲਈ ਆਏ ਹਸਪੀਟਲ ਅਮਨਦੀਪ ਹਸਪੀਟਲ। 4 ਤਰੀਕ ਫਿਰ ਇਹਨੇ ਦੁਬਾਰਾ ਸਰਜਰੀ ਕੀਤੀ ਹੈ ਔਰ ਸਰਜਰੀ ਕਰਨ ਤੋਂ ਬਾਅਦ ਅੱਜ ਲੜਕਾ ਸਾਡਾ ਬਿਲਕੁਲ ਠੀਕ ਠਾਕ ਹੋਈ ਹੈ। ਸਾਨੂੰ ਬੜੀ ਖੁਸ਼ੀ ਹੈ ਇਸ ਹਸਪੀਟਲ ਦੇ ਵਿੱਚ ਆਉਣ ਦੇ ਕਰਨਾ ਕਿ ਸਾਡਾ ਲੜਕਾ ਬਿਲਕੁਲ ਠੀਕ ਹੋਈ ਆ। ਮੈਂ ਚਾਹੁੰਦਾ ਕਿ ਅਗਰ ਹੋਰ ਵੀ ਕੋਈ ਐਸਾ ਕੋਈ ਕੁਹਾਗਣਾ ਹਾਸਾ ਹੋਈ ਜਾਂਦਾ ਤਾਂ ਉਹਨੇ ਵੀ ਅਮਨਦੀਪ ਹਸਪੀਟਲ ਦੇ ਵਿੱਚ ਆਈ ਆਪਣਾ ਇਲਾਜ ਕਰਵਾਉਣਾ ਚਾਹੀਦਾ। ਔਰ ਸਾਨੂੰ ਅਮਨਦੀਪ ਹਸਪੀਟਲ ਦੀ ਇੱਕ ਬੜੀ ਅੱਛੀ ਇਹ ਚੀਜ਼ ਲੱਗੀ ਕਿ ਸਾਡਾ ਇਲਾਜ ਜਿਹੜਾ ਆ ਅਮਨ ਕੀ ਆਸ਼ਾ ਦੇ ਦੌਰਾਨ ਇਲਾਜ ਕੀਤਾ। ਇਵੇਂ ਸਾਡਾ ਪੈਸਾ ਕੋਈ ਪਹਿਲੀ ਵਾਰੀ 6 ਲੱਖ ਰੁਪਏ ਤੱਕ ਬਣਿਆ ਤਾ ਔਰ ਡਾਕਟਰ ਸਾਹਿਬ ਨੇ 2 ਲੱਖ ਰੁਪਏ ਅਮਨ ਕੀ ਆਸ਼ਾ ਦੇ ਵਿੱਚ ਡਿਸਕਾਊਂਟ ਕੀਤਾ, ਜਿਹਦੇ 'ਚ ਸਾਨੂੰ ਬੜਾ ਫਾਇਦਾ ਹੋਇਆ ਔਰ ਮੈਂ ਇੰਨੇ ਪੈਸੇ ਖਰਚ ਨਹੀਂ ਸਕਦਾ, ਮੇਰੇ ਕੋਲ ਮੇਰੀ ਇਤਨੀ ਔਕਾਤ ਨਹੀਂ ਕਿ ਮੈਂ ਇੰਨੇ ਪੈਸੇ ਖਰਚ ਕਰਦਾ ਔਰ ਅਮਨ ਦੀ ਆਸ਼ਾ ਦੇ ਵਿੱਚ ਸਾਡਾ ਇਲਾਜ ਹੋਣੇ ਦੇ ਕਾਰਨ ਸਾਨੂੰ ਬੜਾ ਅੱਛਾ ਲੱਗਾ ਔਰ ਸਭ ਕੁਛ ਸਾਨੂੰ ਤਕਰੀਬਨ ਸਟਾਫ ਅੱਛਾ ਲੱਗਾ, ਡਾਕਟਰ ਸਾਹਿਬ ਅੱਛੇ ਲੱਗੇ, ਬੜਾ ਅੱਛਾ ਇਲਾਜ ਹੋਈ ਆ।